ਮੈਂ ਦੁਕਾਨਾਂ ਹੋ ਗਿਆ, ਮੇਰੀ ਇੱਕ ਬਾਂਹ ਕੱਟੀ ਗਈ, ਉਹ ਕਾਰੋਬਾਰ ਮੇਰਾ ਠਾਪਾ। ਮੈਂ ਸਮਝ ਨਹੀਂ ਪਾਇਆ, ਤਾਲਿਬਾਨ ਸੀ, ਮੈਂ ਸੋਚਿਆ ਆਰਮੀ ਵਾਲੇ, ਤਾਂ ਮੈਂ ਗੋਲੀ ਮਾਰੀ ਇੱਕ, ਤਾਂ ਮੈਂ ਗਾੜੀ ਕੋ ਮਾਰੀ, ਫਿਰ ਉਹਨੇ ਦੋ ਗੋਲੀ ਹੋਰ ਮਾਰੀ, ਜੋ ਮੇਰੇ ਦੋਨੋਂ ਮਾਰੀ, ਹਸਟੇ ਵੀ ਛੁੱਟ ਗਿਆ, ਗਾੜੀ ਸੀ ਜਾ ਵੜੀ ਦੀਵਾਰ ਕੇ ਪਾਸ, ਤਦ ਤੋਂ ਉਹਨੇ ਕਾਫੀ ਗੋਲੀਆਂ ਮਾਰੀ। ਇਲਾਜ ਕੇ ਦੌਰਾਨ ਇੱਕ ਬਾਜੂ ਕੱਟਣਾ ਪੜਾ ਔਰ ਦੂਸਰਾ ਉਸਕਾ ਹੱਥ ਜੋ ਹੈ ਵੋ ਬਦਾ ਟੁੱਟਾ ਹੁਆ ਹੈ। ਹਮਨੇ ਇਸਕਾ ਕਾਫੀ ਵਹਾਂ ਇਲਾਜ ਕਰਾਇਆ ਹੈ ਔਰ ਸਰਕਾਰ ਨੇ ਹਮਾਰੀ ਜੋ ਮਦਦ ਕੀ ਹੈ ਉਸਕਾ ਵੀ ਜੋ ਪੈਸਾ ਹੈ ਵੋ ਵੀ ਇਸੀ ਕੀ ਇਲਾਜ ਮੇਂ ਹੀ ਖਤਮ ਹੋ ਗਿਆ ਹੈ। ਹਮ ਸਰਕਾਰ ਸੇ ਦਰਖਾਸਤ ਕਰਤੇ ਹੈ ਕਿ ਇਸਕੇ ਮੱਧ ਬੁੱਧੀ ਬੱਚੇ ਕੋ ਪੈਨਸ਼ਨ ਲਗਾਈ ਜਾਏ। ਇਸਕਾ ਕਾਰੋਬਾਰ ਜੋ ਹੈ ਬਿਜ਼ਨਸ ਵੋ ਠੱਪ ਹੋ ਚੁੱਕਾ ਹੈ, ਕਮਾਨੇ ਵਾਲਾ ਘਰ ਮੇਂ ਕੋਈ ਨਹੀਂ ਹੈ, ਤੋ ਹਮ ਸਰਕਾਰ ਸੇ ਦਰਖਾਸਤ ਕਰਤੇ ਹੈ ਕਿ ਇਸਕੀ ਬੇਟੀ ਕੋ ਨੌਕਰੀ ਦੀ ਜਾਏ, ਜਾ ਕੇ ਆਪਣਾ ਆਨੇ ਵਾਲਾ ਜੀਵਨ ਅਗਲਾ ਜੋ ਹੈ ਵੋ ਸ਼ਾਂਤੀਪੂਰਵਕ ਬਿਤਾ ਸਕੇ। ये दीनानगर गोलीकांड का पेशेंट है और इस पेशेंट की तब से काफ़ी इलाज चल रहा है और इसको अभी मल्टीपल सर्जरीज होनी है। कितना काम करेगी अभी तक कुछ कह नहीं सकते इसके बारे में, अगर भगवान ने चाहे तो ठीक हो सकेगा।